ਮੁੰਬਈ ਦੀ ਕੰਪਨੀ ਵੱਲੋਂ ਇਸ ਸਾਲ ਕਰਵਾਈ ਜਾਣ ਵਾਲੀ ਮਿਸ ਅਤੇ ਮਿਸਿਸ ਗਲੋਬਲ ਅਵਾਰਡ ਪ੍ਰਤੀਯੋਗਿਤਾ ਦੇ ਲਈ ਪਠਾਨਕੋਟ ਦੀਆਂ ਔਰਤਾਂ ਅਤੇ ਲੜਕੀਆਂ ਆਪਣਾ ਪਰਚਾ ਭਰ ਸਕਦੀਆਂ ਹਨ, ਕਿਉਂਕਿ ਇਸ ਸਾਲ ਕੰਪਨੀ ਵੱਲੋਂ ਪਠਾਨਕੋਟ ਵਿਖੇ ਆਡੀਸ਼ਨ ਕਰਵਾਉਣ ਦਾ ਫੈਸਲਾ ਲਿਆ ਗਿਆ ਹੈ, ਜਿਸ ਦੀ ਅਗਵਾਈ ਫਿਲਮ ਅਦਾਕਾਰਾ ਅਮੀਸ਼ਾ ਪਟੇਲ ਵੱਲੋਂ ਕੀਤੀ ਜਾਵੇਗੀ ਅਤੇ ਉਹਨਾਂ ਵੱਲੋਂ ਪਠਾਨਕੋਟ ਵਿਖੇ ਆਡੀਸ਼ਨ ਵਿੱਚ ਸ਼ਾਮਲ ਹੋ ਕੇ ਅੱਗੇ ਦੇ ਪੜਾਅ ਲਈ ਔਰਤਾਂ ਅਤੇ ਲੜਕੀਆਂ ਦੀ ਚੋਣ ਕੀਤੀ ਜਾਵੇਗੀ। ਪਠਾਨਕੋਟ ਵਿਖੇ ਕਰਵਾਏ ਜਾ ਰਹੇ ਇਸ ਪ੍ਰੋਗਰਾਮ ਦੇ ਵਿੱਚ ਵੱਖ ਵੱਖ ਸੂਬੇ ਦੇ 150 ਦੇ ਕਰੀਬ ਪ੍ਰਤੀਯੋਗੀ ਆਪਣੀ ਕਿਸਮਤ ਅਜ਼ਮਾਉਣ ਦੇ ਲਈ ਹਿੱਸਾ ਲੈਣਗੇ। ਪਠਾਨਕੋਟ ਵਿਖੇ 18 ਅਪ੍ਰੈਲ ਨੂੰ ਹੋ ਰਹੇ ਆਡੀਸ਼ਨ ਦੇ ਚਲਦੇ ਜਦ ਕੰਪਨੀ ਦੇ ਪ੍ਰਬੰਧਕਾਂ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਪਠਾਨਕੋਟ ਵਿਖੇ ਇਹ ਆਡੀਸ਼ਨ ਕਰਵਾਉਣ ਦਾ ਮੁੱਖ ਮਕਸਦ ਹੈ ਕਿ ਪਠਾਨਕੋਟ ਦੀਆਂ ਔਰਤਾਂ ਅਤੇ ਲੜਕੀਆਂ ਨੂੰ ਕੌਮੀ ਪੱਧਰ ਤੇ ਪਹਿਚਾਣ ਮਿਲ ਸਕੇ, ਜਿਸ ਦੇ ਵਾਸਤੇ ਉਹਨਾਂ ਵੱਲੋਂ ਇਹ ਉਪਰਾਲਾ ਕੀਤਾ ਜਾ ਰਿਹਾ ਹੈ। ਉਹਨਾਂ ਦੱਸਿਆ ਕਿ ਇਸ ਪ੍ਰੋਗਰਾਮ ਰਾਹੀਂ ਔਰਤਾਂ ਨੂੰ ਆਪਣੇ ਅੰਦਰ ਸੁੱਤੇ ਹੋਏ ਟੈਲੈਂਟ ਨੂੰ ਜਗਾਉਣ ਦਾ ਮੌਕਾ ਮਿਲੇਗਾ ਅਤੇ ਜੇਤੂ ਰਹਿਣ ਵਾਲੀਆਂ ਔਰਤਾਂ ਅਤੇ ਲੜਕੀਆਂ ਨੂੰ ਇੱਕ ਮਿਊਜ਼ਿਕ ਵੀਡੀਓ ਅਤੇ ਕਮਰਸ਼ੀਅਲ ਇਸ਼ਤਿਹਾਰ ਵਿੱਚ ਕੰਮ ਕਰਨ ਦਾ ਮੌਕਾ ਮਿਲੇਗਾ। ਜੋ ਹਮਾਰੀ ਸੰਸਥਾ ਹੈ ਉਸਦਾ ਨਾਮ ਹੈ ਮਿਸ ਐਂਡ ਮਿਸਿਸ ਗਲੋਬ ਇੰਡੀਆ। ਇਹ ਬਹੁਤ ਹੀ ਇੰਟਰਨੈਸ਼ਨਲ ਲੈਵਲ ਦਾ ਬਿਗ ਇੱਕ ਇਵੈਂਟ ਆਰਗੇਨਾਈਜ਼ਰ ਹੈ ਜਿਨ੍ਹਾਂ ਨੇ ਇਹ ਲਾਂਚ ਕੀਆ ਹੈ, ਔਰ ਉਸ ਆਰਗੇਨਾਈਜ਼ਰ ਕੀ ਮੈਂ ਬ੍ਰੈਂਡ ਅੰਬੈਸਡਰ ਹੂੰ। ਔਰ ਇਹ ਚੀਜ਼ ਜੋ ਫਿਨਾਲੇ ਹੈ ਵੋ ਦਿੱਲੀ ਮੇ ਹੈ ਐਂਡ ਮੁੰਬਈ ਮੇ ਹੈ, ਔਰ ਇਹ ਹਮ ਲੋਕ ਪਠਾਨਕੋਟ ਮੇ ਕਰਾਨੇ ਜਾ ਰਹੇ 18th ਆਫ ਅਪ੍ਰੈਲ ਓਪੁਲੈਂਸ ਹੋਟਲ ਡੈਲਹੌਜ਼ੀ ਰੋਡ।